ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁਖੀ ਭਾਈ ਤਰਨਜੀਤ ਸਿੰਘ ਨਿਮਾਣਾ ਦੀ ਦੇਖਰੇਖ ਹੇਠ ਏਕ ਜੋਤ ਵਿਕਲਾਂਗ ਬੱਚਿਆਂ ਦਾ ਸਕੂਲ ਭਾਈ ਰਣਧੀਰ ਸਿੰਘ ਨਗਰ ਵਿਖੇ 333ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਲੋਕਾਂ ਦੀ ਸਹਾਇਤਾ ਨਾਲ ਜੀਵਨ ਬਤੀਤ ਕਰਨ ਵਾਲੇ ਵਿਕਲਾਂਗ ਅੱਖਾਂ ਦੀ ਰੋਸ਼ਨੀ ਤੋਂ ਵਾਂਝੇ ਉਹਨਾਂ ਪ੍ਰਾਣੀਆਂ ਨੇ ਵੀ ਅੱਜ ਖੂਨਦਾਨ ਕਰਕੇ ਇੱਕ ਨਵਾਂ ਸੁਨੇਹਾ ਦੇ ਦਿੱਤਾ ਕਿ ਲੋਕਾਂ ਦੀ ਸਹਾਇਤਾ ਪ੍ਰਾਪਤ ਕਰਨ ਵਾਲੇ ਆਪਣਾ ਖੂਨਦਾਨ ਕਰਕੇ ਕਿਸੇ ਲੋੜਵੰਦ ਇਨਸਾਨ ਦੀ ਸਹਾਇਤਾ ਕਰ ਸਕਦੇ ਹਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਡਾਕਟਰ ਬਲਵਿੰਦਰ ਸਿੰਘ ਅਸਿਸਟੈਂਟ ਸਿਵਲ ਸਰਜਨ ਲੁਧਿਆਣਾ ਨੇ ਕਿਹਾ ਕਿ ਖੂਨਦਾਨ ਜ਼ਿੰਦਗੀ ਦਾ ਉਹ ਸਭ ਤੋਂ ਵੱਡਾ ਦਾਨ ਹੈ ਜੋ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ। ਸਕੂਲ ਪ੍ਰਬੰਧਕ ਮੈਡਮ ਸਤਵੰਤ ਕੌਰ ਨੇ ਜਿੱਥੇ ਡਾਕਟਰ ਬਲਵਿੰਦਰ ਸਿੰਘ ਦਾ ਧੰਨਵਾਦ ਕੀਤਾ, ਉੱਥੇ ਵਿਸ਼ੇਸ਼ ਤੌਰ 'ਤੇ ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ ਨਿਮਾਣਾ ਬਾਰੇ ਉਹਨਾਂ ਕਿਹਾ ਕਿ ਮਾਨਵਤਾ ਦੇ ਭਲੇ ਲਈ ਜੋ ਕਾਰਜ ਭਾਈ ਨਿਮਾਣਾ ਜੀ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੇ ਜਾ ਰਹੇ ਹਨ, ਉਹਨਾਂ ਦੀ ਸ਼ਲਾਘਾ ਲਈ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਈਂਡ ਪਰਸਨ ਐਸੋਸੀਏਸ਼ਨ BPA ਦੇ ਕੌਮੀ ਪ੍ਰਧਾਨ ਅਨਿਲ ਵਰਮਾ, ਪੰਜਾਬ ਪ੍ਰਧਾਨ ਕੁਲਦੀਪ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਮੈਡਮ ਨਰਿੰਦਰ ਕੌਰ ਨੇ ਇਸ ਕੈਂਪ ਵਿੱਚ ਭਾਗ ਲੈਣ ਆਏ ਆਪਣੇ ਸਾਥੀਆਂ ਅਤੇ ਪਤਵੰਤ ਸੱਜਣਾਂ ਦਾ ਧੰਨਵਾਦ ਕੀਤਾ। ਐਸੋਸੀਏਸ਼ਨ ਵੱਲੋਂ ਅੱਜ ਬਲੱਡ ਡੋਨੇਸ਼ਨ ਦਾ ਕੈਂਪ ਲਗਾਇਆ ਗਿਆ। ਇਹ ਬਹੁਤ ਹੀ ਮਾਨਵਤਾ ਪ੍ਰਤੀਕ ਹੈ ਅਤੇ ਮਾਨਵਤਾ ਦੀ ਸੇਵਾ ਲਈ ਇੱਕ ਬਹੁਤ ਵੱਡਾ ਉੱਤਮ ਉਪਰਾਲਾ ਹੈ, ਕਿਉਂਕਿ ਅੱਜ ਕੱਲ੍ਹ ਦੇਖੋ ਬਲੱਡ ਦੀ ਬੜੀ ਹੀ ਅਹਿਮੀਅਤ ਹੈ, ਕਿਉਂਕਿ ਅਸੀਂ ਤਾਂ ਹਸਪਤਾਲਾਂ 'ਚ ਡੇਲੀ ਦੇਖਦੇ ਰਹਿੰਦੇ ਹੈਗੇ ਹਾਂ। ਬਾਕੀ ਬਲੱਡ ਵੀ ਅਲੱਗ ਅਲੱਗ ਗਰੁੱਪਸ 'ਤੇ ਹੈਗੇ ਆ, ਉਹਨਾਂ ਦਾ ਬੜਾ ਜਿਹੜੇ ਵੀ ਮਿਲ ਜਾਂਦੇ ਆ ਕਿਸੇ ਨੂੰ ਵੀ, ਕਹਿੰਦੇ ਨਾ ਡੁੱਬਦੇ ਨੂੰ ਤਿਨਕੇ ਦਾ ਸਹਾਣਾ, ਇਸ ਕਰਕੇ ਲੱਖਾਂ ਕੀਮਤੀ ਜਾਨਾਂ ਇਹਦੇ ਨਾਲ ਬਚਾਈਆਂ ਜਾਂਦੀਆਂ ਹਨ। ਇਸ ਕਰਕੇ ਮੈਂ ਇਹੀ ਕਹਿੰਦਾ ਇਹਨਾਂ ਦੇ ਜਿਹੜਾ ਸਭ ਤੋਂ ਵੱਧ ਸਹਿਯੋਗ ਸ੍ਰੀ ਤਰਨਜੋਤ ਮਾਣਾ ਜੀ ਨੇ ਦਿੱਤਾ, ਇਹਨਾਂ ਦਾ ਬਹੁਤ ਹੀ ਵੱਡਾ ਇੱਕ ਉਪਰਾਲਾ ਹੈ। ਅਤੇ ਅੱਜ ਖਾਸ ਤੌਰ 'ਤੇ ਸਾਡੇ ਜਿਹੜੇ ਨੇਤਰਹੀਣ ਬੱਚੇ ਨੇ ਉਹਨਾਂ ਨੇ ਬਲੱਡ ਆਪਣਾ ਦੇ ਕੇ ਆਪਣੇ ਸਮਾਜ ਨੂੰ ਇਹ ਮੈਸੇਜ ਦਿੱਤਾ ਕਿ ਜੇ ਅਸੀਂ ਇੱਕ ਨੇਤਰਹੀਣ ਇਨਸਾਨ ਹੋ ਕੇ ਕਿਸੇ ਦੂਸਰੇ ਦੀ ਜ਼ਿੰਦਗੀ ਬਚਾ ਸਕਦੇ ਹਾਂ ਤਾਂ ਤੁਹਾਨੂੰ ਵੀ ਇੱਕ ਨੋਰਮਲ ਇਨਸਾਨ ਪਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੈ ਤਾਂ ਕਿਸੇ ਹੋਰ ਦੀ ਜ਼ਿੰਦਗੀ ਬਚਾਉਣ ਦੇ ਲਈ ਤੁਸੀਂ ਵੀ ਜ਼ਰੂਰ ਸੇਵਾ ਦਾ ਇਹ ਪੁੰਨ ਦਾ ਕੰਮ ਕਰੋ ਤਾਂ ਕਿ ਕਿਸੇ ਹੋਰ ਦਾ ਕੀਮਤੀ ਜੀਵਨ ਖੂਨ ਦੇ ਕੇ ਬਚਾਇਆ ਜਾ ਸਕੇ। ਸਰ, ਮੈਂ ਇਸਕੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਬਲਾਈਂਡ ਪਰਸਨ ਐਸੋਸੀਏਸ਼ਨ ਬ੍ਰਾਂਚ ਪੰਜਾਬ ਕੀ ਤਰਫ ਸੇ ਇਹ ਪਹਿਲਾ ਇਹ ਉਪਰਾਲਾ ਕੀਆ ਜਾ ਰਹਾ ਹੈ ਔਰ ਸਾਥ ਮੇਂ ਹਮਾਰੇ ਤਰਨਜੀਤ ਸਿੰਘ ਨਵਾਣਾ ਜੀ ਇਹਨਾਂ ਨੇ ਬਹੁਤ ਬੜਾ ਸਹਿਯੋਗ ਦਿਆ ਹੈ ਕਿ ਹਮ ਚਾਹਤੇ ਹੈ ਕਿ ਹਮ ਪਬਲਿਕ ਕੋ ਇਹ ਸੰਦੇਸ਼ ਦੇਣਾ ਚਾਹਤੇ ਹੈ ਕਿ ਅਗਰ ਹਮ ਹਮਾਰੇ ਹਮੇ ਪਬਲਿਕ ਦਾਨ ਦੇਤੀ ਹੈ ਤੋ ਹਮਨੇ ਵੀ ਕਹੀਂ ਨਾ ਕਹੀਂ ਕੋਸ਼ਿਸ਼ ਕੀ ਹੈ ਇਹ ਹੈ ਕਿ ਹਮ ਵੀ ਆਪਣਾ ਬਲੱਡ ਡੋਨੇਸ਼ਨ ਕਰਕੇ ਇੱਕ ਆਮ ਸਮਾਜ ਕੀ ਸੇਵਾ ਕਰ ਸਕੇ ਜੀ। और किसी की जान बचाने के लिए अगर थोड़ा सा हम ब्लड दान कर देते हैं और हमारे ब्लड से किसी की भी जान बचती है तो इससे बड़ा पुनीत कार्य और इससे बड़ा देश के लिए समाज के लिए और कोई बड़ा कार्य हो नहीं सकता। आज बड़ा इतिहासक दिन है, धन धन श्री गुरु नानक देव जी ने 550 साल प्रकाश पर्व को समर्पित भाई कन्हैया जी मिशन सोसाइटी वालों खूनदान कैंपा की लहर चल रही है, लड़ी चल रही है। अज ਉਸੇ ਲੜੀ ਤਹਿਤ ਏਕ ਜੋਤ ਵਿਕਲਾਂਗ ਬੱਚਿਆਂ ਦਾ ਜੋ ਸਕੂਲ ਹੈ ਉਸ ਸਥਾਨ 'ਤੇ ਅੱਜ BPL ਜੋ ਬਲਾਈਂਡ ਪਰਸਨ ਐਸੋਸੀਏਸ਼ਨ ਪੰਜਾਬ ਵੱਲੋਂ ਨੇਤਰਹੀਣਾਂ ਨੇ ਅੱਜ ਆਪਣਾ ਖੂਨਦਾਨ ਕਰਕੇ ਬਹੁਤ ਵੱਡਾ ਇਤਿਹਾਸ ਰਚਿਆ ਅਤੇ ਬੜਾ ਵੱਡੀ ਉਹਨਾਂ ਨੇ ਅੱਜ ਮਿਸਾਲ ਕਾਇਮ ਕੀਤੀ ਹੈ ਉਹਨਾਂ ਵਾਸਤੇ, ਖਾਸ ਕਰਕੇ ਜਿਹੜੇ ਲੋਕ ਅੱਜ ਵੀ ਡਰਦੇ ਆ ਖੂਨਦਾਨ ਕਰਨ ਤੋਂ। ਸੋ ਇਹਨਾਂ ਨੇ ਅੱਜ ਆਪਣਾ ਖੂਨਦਾਨ ਕਰਕੇ ਲੋੜਵੰਦਾਂ ਦੀ ਜਾਨਾਂ ਬਚਾਉਣ ਲਈ ਆਪਣਾ ਖੂਨਦਾਨ ਕਰਕੇ ਬਹੁਤ ਵੱਡਾ ਇਹਨਾਂ ਨੇ ਅੱਜ ਉਪਰਾਲਾ ਕੀਤਾ ਅਤੇ ਮੈਂ ਬਲਾਈਂਡ ਐਸੋਸੀਏਸ਼ਨ ਪੰਜਾਬ ਦਾ ਵਿਕਲਾਂਗ ਏਕ ਜੋਤ ਵਿਕਲਾਂਗ ਬੱਚਿਆਂ ਦਾ ਜੋ ਸਕੂਲ ਹੈ ਜਿਹੜੇ ਭੈਣ ਜੀ ਸਤਵੰਤ ਕੌਰ ਜੀ ਨੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਇਹਨਾਂ ਨੇ, ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਅਤੇ ਸ਼ਲਾਘਾ ਵੀ ਕਰਦਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੇ ਨਾਲ RS ਖਾਲਸਾ ਦੀ ਰਿਪੋਰਟ, ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।